ਹੈਲੋ ਐਵਰੀਵਨ, ਜੇ ਤੁਸੀਂ ਆਪਣੀ ਸਟੱਡੀਜ਼ ਕਰ ਰਹੇ ਹੋ ਐਂਡ ਤੁਹਾਨੂੰ ਲੱਗਦਾ ਕਿ ਤੁਹਾਨੂੰ ਅਨਅਫੀਸ਼ੀਅਲ ਡਰੋਪ ਦੀ ਰਿਕੁਆਇਰਮੈਂਟ ਹੈ ਜਾਂ ਤੁਸੀਂ ਅਨਅਫੀਸ਼ੀਅਲ ਡਰੋਪ ਲੈਣ ਦਾ ਪਲਾਨ ਕਰ ਰਹੇ ਹੋ, ਜਿਸ ਦੇ ਵਿੱਚ ਆਈਦਰ ਮੈਡੀਕਲ ਰੀਜ਼ਨਸ ਹੋ ਸਕਦੇ ਆ ਜਾਂ ਕੋਈ ਹੋਰ ਰੀਜ਼ਨਸ ਹੋ ਸਕਦੇ ਆ, ਸੋ ਜਦੋਂ ਵੀ ਤੁਸੀਂ ਅਨਅਫੀਸ਼ੀਅਲ ਡਰੋਪ ਲੈਂਦੇ ਹੋ ਤਾਂ ਉਹ ਅਨਅਫੀਸ਼ੀਅਲ ਡਰੋਪ ਤੁਹਾਡੇ ਕਾਲਜ ਵੱਲੋਂ ਆਥੋਰਾਈਜ਼ ਹੋਣਾ ਚਾਹੀਦਾ ਤਾਂ ਕਿ ਜਦੋਂ ਤੁਸੀਂ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰੋ ਤਾਂ ਉਸ ਦੇ ਵਿੱਚ ਤੁਹਾਨੂੰ ਇਸ਼ੂਜ਼ ਨਾ ਹੋਣ। ਸੋ ਲੈਟਸ ਸੇ ਜੇ ਕੋਈ ਮੈਡੀਕਲ ਰੀਜ਼ਨਸ ਕਰਕੇ ਤੁਸੀਂ ਅਨਅਫੀਸ਼ੀਅਲ ਡਰੋਪ ਲੈ ਰਹੇ ਹੋ ਤਾਂ ਉਹਦੀ ਆਥੋਰਾਈਜ਼ੇਸ਼ਨ ਲੈਟਰ ਤੁਹਾਡੇ ਕੋਲ ਕਾਲਜ ਵੱਲੋਂ ਹੋਣੀ ਚਾਹੀਦੀ ਆ। ਬਟ ਸਟਿਲ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਅਨਆਥੋਰਾਈਜ਼ ਬ੍ਰੇਕ ਆ ਜੋ ਉਹ 150 ਡੇਜ਼ ਤੋਂ ਜ਼ਿਆਦਾ ਚਲੀ ਜਾਊਗੀ, ਉਸ ਕੇਸ ਦੇ ਵਿੱਚ ਜਾਂ ਤਾਂ ਤੁਸੀਂ ਵਿਜ਼ਟਰ ਰੈਕਡ ਅਪਲਾਈ ਕਰ ਦਿਉ ਜਿਸ ਦੇ ਵਿੱਚ ਤੁਸੀਂ ਕੈਨੇਡਾ ਰਹਿ ਸਕੋਗੇ, ਬਟ ਤੁਸੀਂ ਉਸ ਟਾਈਮ ਡਿਊਰੇਸ਼ਨ ਦੇ ਵਿੱਚ ਵਰਕ ਨਹੀਂ ਕਰ ਸਕਦੇ। ਐਂਡ ਮੋਰ ਓਵਰ ਜਦੋਂ ਤੁਹਾਡੀਆਂ ਸਟੱਡੀ ਸਟਾਰਟ ਹੋਣਗੀਆਂ ਉਸ ਤੋਂ ਤੁਸੀਂ ਆਪਣੀਆਂ ਸਟੱਡੀ ਸਟਾਰਟ ਕਰ ਸਕੋਗੇ। ਐਜ਼ ਦਾ ਸੈਕਿੰਡ ਆਪਸ਼ਨ ਇਜ਼ ਤੁਸੀਂ ਬੈਕ ਹੋਮ ਚਲੇ ਜਾਓ ਆਪਣੀ ਹੋਮ ਕੰਟਰੀ ਦੇ ਵਿੱਚ ਵਿਜ਼ਿਟ ਕਰਨ ਦੇ ਲਈ, ਐਂਡ ਜਦੋਂ ਤੁਹਾਡੀਆਂ ਸਟੱਡੀ ਸਟਾਰਟ ਹੋਣਗੀਆਂ ਉਸ ਟਾਈਮ ਤੁਸੀਂ ਵਾਪਸ ਆ ਕੇ ਆਪਣੀਆਂ ਸਟੱਡੀਜ਼ ਕੰਟੀਨਿਊ ਕਰ ਸਕਦੇ ਹੋ। ਸੋ ਆਈਦਰ ਤੁਸੀਂ ਵੈਸਟਰਨ ਰੈਕਟ ਅਪਲਾਈ ਕਰਦੇ ਹੋ ਜਾਂ ਫਿਰ ਬੈਕ ਹੋਮ ਚਲੇ ਜਾਂਦੇ ਹੋ ਤਾਂ ਇਸ ਦੇ ਵਿੱਚ ਜੋ 150 ਡੇਜ਼ ਦੀ ਕੰਡੀਸ਼ਨ ਹੁੰਦੀ ਆ ਇਸ ਦੇ ਨਾਲ ਤੁਹਾਡੇ ਸਟੱਡੀ ਪਰਮਿਟ 'ਤੇ ਕੋਈ ਵੀ ਨੈਗੇਟਿਵ ਇੰਪੈਕਟ ਨਹੀਂ ਪੈਂਦਾ, ਐਂਡ ਜਦੋਂ ਤੁਸੀਂ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਦੇ ਹੋ ਤਾਂ ਉਸ ਦੇ ਵਿੱਚ ਵੀ ਕੋਈ ਇਸ਼ੂਜ਼ ਨਹੀਂ ਆਉਂਦੇ ਕਿਉਂਕਿ ਤੁਸੀਂ ਸਟੱਡੀ ਪਰਮਿਟਸ ਦੀਆਂ ਰਿਕੁਆਇਰਮੈਂਟ ਮੀਟ ਕੀਤੀਆਂ ਹੁੰਦੀਆਂ। ਸੋ ਬਹੁਤ ਐਪਲੀਕੈਂਟਸ ਜੋ 150 ਡੇਜ਼ ਦੀ ਐਲੀਜੀਬਿਲਟੀ ਹੈ ਜੋ ਰਿਕੁਆਇਰਮੈਂਟ ਆ ਇਸ ਦੇ ਵਿੱਚ ਕਨਫਿਊਜ਼ ਹੋ ਜਾਂਦੇ ਆ, ਐਂਡ ਜ਼ਿਆਦਾਤਰ ਕਈ ਵਾਰੀ ਗੈਪ ਜ਼ਿਆਦਾ ਕ੍ਰੀਏਟ ਕਰ ਲੈਂਦੇ ਆ। ਸੋ ਮੇਕ ਸ਼ੋਰ ਜੋ ਤੁਸੀਂ ਵਿਜ਼ਟਰ ਰੈਕਡ ਜਾਂ ਫਿਰ ਆਪਣਾ ਬੈਕ ਹੋਮ ਜਾਣਾ ਉਹ ਵਿਦ ਇਨ 150 ਡੇਜ਼ ਚਲੇ ਜਾਓ, 150 ਡੇਜ਼ ਤੋਂ ਉੱਪਰ ਡੇਜ਼ ਕਰਕੇ ਫਿਰ ਟਰੈਵਲ ਕਰਨ ਦਾ ਜਾਂ ਵਿਜ਼ਟਰ ਰੈਕਡ ਕਰਨ ਦਾ ਪਲਾਨ ਨਾ ਕਰੋ ਤਾਂ ਕਿ ਤੁਸੀਂ ਆਪਣੀਆਂ ਜੋ ਕੰਡੀਸ਼ਨਸ ਆ ਮੀਟ ਕਰਦੇ ਰਹੋ ਐਂਡ ਤੁਹਾਡੇ ਫਿਊਚਰ ਐਪਲੀਕੇਸ਼ਨ ਦੇ ਵਿੱਚ ਕੋਈ ਵੀ ਇਸ਼ੂਜ਼ ਨਾ ਆਉਣ।